ਲੈ ਮਜ਼ਾ ਫੇਕ ਚਿੱਲੀ ਦੀ। ਓਏ ਫੇਕ ਚਿੱਲੀ ਨਹੀਂ ਹੁੰਦਾ, ਸ਼ੇਕ ਚਿੱਲੀ ਹੁੰਦਾ। ਚਲੋ ਓਹੀ ਸਹੀ, ਤੂੰ ਤਾਂ ਬੜਾ ਫੀਨਾ ਠੋਕ ਠੋਕ ਕੇ ਕਹਿੰਦਾ ਸੀ ਬਈ ਮਾਫ ਹੋਈ ਫਜ਼ਾ, ਤਿੰਨ ਫਾਲ ਹੋਰ ਵਧਵਾ ਕੇ ਆਉਂਗਾ। ਤਿੰਨ ਮਿੰਟ ਨਹੀਂ ਲੱਗੇ, ਜੇਲਰ ਨੇ ਧੱਕੇ ਮਾਰ ਮਾਰ ਕੇ ਬਾਹਰ ਫੁੱਟ ਦਿੱਤਾ। ਸੌਰੀ ਯਾਰ ਪਾਨੇ, ਮੈਂ ਸੋਚਦਾ ਕਿ ਨਾ ਅਸੀਂ ਆਪਣੇ ਗੈਰੇਜ ਵਿੱਚ ਚੋਰੀ ਦੀਆਂ ਕਾਰਾਂ ਦੇ ਜਾਲੀ ਪੇਪਰ ਬਣਾ ਕੇ ਲੋਕਾਂ ਨੂੰ ਠੱਗਦੇ, ਤੇ ਨਾ ਸਾਨੂੰ ਧੋਖਾਧੜੀ ਦੇ ਕੇਸ ਦੇ ਵਿੱਚ 10 ਸਾਲ ਦੀ ਕੈਦ ਹੁੰਦੀ। ਸਾਲਾ ਗੈਰੇਜ ਵੀ ਗਿਆ ਤੇ ਇੱਜ਼ਤ ਵੀ ਗਈ। ਯਾਰ ਪਾਨੇ, ਮੇਰਾ ਪ੍ਰਾਸ਼ਚਿਤ ਕਰਨ ਨੂੰ ਜੀ ਕਰਦਾ। ਕੋਨੇ ਚ ਜਾ ਕੇ ਕਰ ਲੈ ਫਿਰ। ਉਹ ਯਾਰ ਮੈਂ ਬੀਅਰ ਪੀਤੀ ਆ, ਜਿਹੜਾ ਕੋਨੇ ਚ ਜਾ ਕੇ ਕਰ ਲਵਾਂ, ਮੇਰਾ ਪਛਤਾਵਾ ਕਰਨ ਨੂੰ ਜੀ ਕਰਦਾ, ਨਾ ਕਿ ਪਿਸ਼ਾਬ। ਫਿਰ ਕੀ ਕਰੀਏ? ਕੋਈ ਐਸਾ ਧੰਦਾ ਕਰੀਏ ਜਿਹਦੇ ਵਿੱਚ ਸਾਨੂੰ ਕਮਾਈ ਵੀ ਮੋਟੀ ਹੋਵੇ ਤੇ ਨਾਲ ਨਾਲ ਲੋਕ ਭਲਾਈ ਵੀ ਹੋਵੇ। ਜਨਾਬ ਬੁਰਾ ਨਾ ਮੰਨੋ ਤਾਂ ਮੈਂ ਇੱਕ ਫ੍ਰੀ ਦੀ ਸਲਾਹ ਦੇਵਾਂ। ਉਹ ਯਾਰ ਫ੍ਰੀ ਦੀ ਸਲਾਹ ਕਿਹਨੂੰ ਬੈ ਕਰਦੀ ਆ? ਫ੍ਰੀ ਦੀ ਸਲਾਹ ਜਨਾਬ, ਫ੍ਰੀ ਦੀ ਚਾਹ ਨਹੀਂ। ਚਲੋ ਚਾਹ ਫਿਰ ਕਦੇ ਫਹੀ ਤੂੰ ਫਲਾਣ ਦੇ। ਜਨਾਬ ਮੇਰੀ ਮੰਨੋ ਤਾਂ ਇੱਕ ਮੈਰਿਜ ਬਿਊਰੋ ਖੋਲ ਲਓ, ਜਿਸ ਚ ਦੋ ਦਿਲਾਂ ਦੇ ਮੇਲ ਦੇ ਨਾਲ ਨਾਲ ਦੋ ਪਰਿਵਾਰ ਵੀ ਇੱਕ ਹੁੰਦੇ ਨੇ ਤੇ ਮੋਟੀ ਕਮਾਈ ਹੁੰਦੀ ਹੈ ਇਹਦੇ ਚ, ਦੋਨੇ ਪਾਸਿਓਂ ਕਮਿਸ਼ਨ ਆਉਂਦਾ। ਇਸ ਤੋਂ ਵੱਡਾ ਭਲਾਈ ਦਾ ਕੰਮ ਵੀ ਕੋਈ ਨਹੀਂ ਹੈਗਾ ਦੁਨੀਆ ਤੇ। ਉਹ ਪਾਨੇ, ਇਹ ਤੇ ਉਹ ਗੱਲ ਹੋਈ ਕਿ ਨਾਲੇ ਪੁੰਨ ਤੇ ਨਾਲੇ ਪਾਪ, ਪਾਪ ਉਹ ਨਾਲੇ ਪੁੰਨ ਤੇ ਨਾਲੇ ਪਾਪ, ਛੱਲੀਆਂ ਉਹ ਸਾਲਿਆਂ ਫਲੀਆਂ, ਇਹ ਮੁਹਾਵਰਾ ਹੁੰਦਾ। ਅਬ ਤੂੰ ਹਰ ਗੱਲ ਦੇ ਵਿੱਚ ਜ਼ਰੂਰ ਮੁਹਾਵਰਾ ਫਫਾੜਾ ਹੁੰਦਾ, ਜਦ ਤੈਨੂੰ ਪਤਾ ਮੈਨੂੰ ਨਹੀਂ ਆਉਂਦਾ। ਤੈਨੂੰ ਸਾਲਿਆ ਆਉਂਦਾ ਕੀ ਆ? ਇੱਕ ਫਵਾਲ ਹੈ, ਬੋਲ। ਅਸੀਂ ਆਪਣਾ ਕੰਮ ਫੁਰੂ ਕਿੱਥੇ ਕਰਾਂਗੇ? ਪਾਨੇ ਤੈਨੂੰ ਯਾਦ ਆ ਜਦੋਂ ਆਪਣਾ ਕੰਮ ਪੂਰੇ ਜੋਵਨ ਤੇ ਹੁੰਦਾ ਸੀ, ਆਪਾਂ ਜਲੰਧਰ ਚ ਇੱਕ ਪ੍ਰਾਪਰਟੀ ਖਰੀਦੀ ਸੀ ਗੈਰੇਜ, ਤੇ ਆਪਣਾ ਉਦੋਂ ਅਚਾਨਕ ਜੇਲ ਯਾਤਰਾ ਦਾ ਪ੍ਰੋਗਰਾਮ ਬਣ ਗਿਆ ਸੀ ਤੇ ਆਪਾਂ ਉਹਦਾ ਉਦਘਾਟਨ ਨਹੀਂ ਕਰ ਸਕੇ ਸੀ। ਕਿਉਂ ਨਾ ਆਪਾਂ ਆਪਣਾ ਬਿਜ਼ਨਸ ਜਾ ਕੇ ਉੱਥੋਂ ਸ਼ੁਰੂ ਕਰੀਏ। ਨਵਾਂ ਬਿਜ਼ਨਸ, ਨਵੇਂ ਲੋਕ, ਨਵਾਂ ਸ਼ਹਿਰ ਤੇ ਨਵਾਂ ਪਹਿਰਾਵਾ। ਅਸੀਂ ਆਪਣੇ ਦਫ਼ਤਰ ਦਾ ਨਾਂ ਰੱਖਾਂਗੇ ਟੋਮੀ ਵੀ ਲੈ ਜਾਵੇ ਪਾਗਲ ਨਿਕਲਿਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਫਫਰੀ ਕਾਲ, ਆਜੋ ਬੈਠੋ ਭਾਬੀ ਜੀ, ਤੁਸੀਂ ਵੀ ਬੈਠੋ। ਇਹ ਕਿਹੜਾ ਆਸਾਰਾਮ ਦਾ ਡੇਰਾ ਬਈ, ਖੜਕ ਹੀ ਚੌਂਕੀ ਭਰਨੀ ਹੈ। ਬੈਠੋ ਬੈਠੋ, ਪਲੀਜ਼ ਬੈਠੋ। ਹਾਂਜੀ 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 ਭਾਜੀ, ਸਾਰੇ ਸ਼ਹਿਰ ਦੇ ਮੈਰਿਜ ਬਿਊਰੋ ਘੁੰਮ ਲਏ ਨੇ, ਥਾਂ ਥਾਂ ਤੇ ਧੱਕੇ ਖਾ ਕੇ ਆ ਗਏ ਹਾਂ। ਸਾਡੀ ਕੁੜੀ ਦਾ ਰਿਸ਼ਤਾ ਕਿਸੇ ਨੇ ਨਹੀਂ ਜਿਕਰਾਇਆ। ਬਸ ਤੁਸੀਂ ਹੁਣ ਇਹ ਸਮਝੋ ਕਿ ਇਹ ਤੁਹਾਡਾ ਆਖਰੀ ਧੱਕਾ ਸੀ। ਬਾਬਾ ਮੇਰੇ ਕਹਿਣ ਦਾ ਮਤਲਬ, ਹੁਣ ਤੁਸੀਂ ਸਹੀ ਧੱਕੇ ਚੜੇ ਹੋ, ਬਸ ਹੁਣ ਤੁਸੀਂ ਚਿੰਤਾ ਖਤਮ ਕਰ ਦਿਓ। ਇਧਰੋਂ ਤੁਸੀਂ ਸਾਡੇ ਦਫ਼ਤਰ ਦੀਆਂ ਦੇੜੀਆਂ ਉਤਰਨੀਆਂ, ਇਧਰੋਂ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨਾ। ਬਹੁਤ ਮਿਹਰਬਾਨੀ ਜਨਾਬ। ਐ ਮੈਂ ਕੁੜੀ ਦੀ ਫੋਟੋ ਜੇਬ ਚ ਰੱਖੋ, ਲੋੜ ਨਹੀਂ ਕੁੜੀ ਦੀ ਫੋਟੋ ਦੇਖਣ ਦੀ। ਅਸੀਂ ਤਾਂ ਪਿੱਲਰ ਵੇਖ ਕੇ ਪਛਾਣ ਲਈਦਾ ਕਿ ਪਲਾਜ਼ਾ ਕਿੱਦਾਂ ਦਾ ਹੋਊਗਾ। ਭਾਈ ਸਾਹਿਬ, ਸਾਨੂੰ ਵਿਆਹ ਦੀ ਥੋੜੀ ਜਲਦੀ ਹੈ। ਜਲਦੀ ਹੈ? ਤੁਹਾਡੇ ਘਰ ਹਲਦੀ ਹੈ? ਹਲਦੀ ਹੈ, ਹੈਗੀ ਹੈਗੀ। ਕੁੜੀ ਦੇ ਮਨ ਲਈ ਫੁਰੂ ਕਰ ਦੋ। ਕੀ ਗੱਲ, ਕੁੜੀ ਦੇ ਅੰਦਰੂਨੀ ਫੱਟਾਂ ਲੱਗੀਆਂ? ਸਮਝੋ ਕਿ ਮੁੰਡਾ ਆਫੀ ਲੱਭ ਲੈ, ਲੱਭ ਲੈ। ਤੁਸੀਂ ਜਾਓ ਆਰਾਮ ਨਾਲ। ਇਹ ਕੀ ਫੱਟਾਂ ਦੀ ਗੱਲ ਕੀ ਕਰ ਰਿਹਾ? ਮੈਂ ਤਾਂ ਇਹ ਸੋਚਿਆ ਸੀ ਵੀ ਸ਼ਾਇਦ ਕੁੜੀ ਨੂੰ ਇਸ਼ਕ ਦੀਆਂ ਫੱਟਾਂ ਨਾ ਲੱਗੀਆਂ ਹੋਣ। ਉਹ ਕਿਸੇ ਨੇ ਠੀਕ ਹੀ ਕਿਹਾ ਕਿ ਇਹ ਇਸ਼ਕ ਨਹੀਂ, ਆਸਾਂ ਬਸ ਇਤਨਾ ਸਮਝ ਲੀਜੀਏ ਕਿ ਇੱਕ ਆਗ ਕਾ ਦਰਿਆ ਹੈ ਔਰ ਡੋ 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 ਬਰਨੋ ਲਗਾ ਕੇ ਜਾਣਾ। ਓ ਨਹੀਂ ਯਾਰ, ਡੋ 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 ਸੋਨੀ ਮਹਿਵਾਲ ਕੀ ਤਰ੍ਹਾਂ ਜਾਣਾ, ਸਾਰੇ ਡੁੱਬ ਕੇ ਜਾਣਾ ਹੈ। ਉਹ ਵੀ ਤਾਂ ਡੁੱਬੇ ਹੀ ਸੀ, ਉਹ ਕਿਹੜੇ ਤਰੇ ਵੀ। ਉਹ ਪਾਨੇ, ਗੱਡੀ ਰੋਕ, ਗੱਡੀ ਰੋਕ। ਆ ਦੇਖ, ਮੈਂ ਫੋਨ ਦੇ ਵਿੱਚ ਇੱਕ ਨਵਾਂ ਸਿਸਟਮ ਫਿੱਟ ਕਰਾ ਕੇ ਲੈ ਕੇ ਆਇਆ। ਕਿਹੜਾ? ਜਦੋਂ ਕੋਈ ਵਿਆਹ ਸ਼ਾਦੀ ਦੀ ਕਾਲ ਆਇਆ ਕਰੂਗੀ ਨਾ, ਤਾਂ ਆਟੋਮੈਟਿਕਲੀ ਕੁੜੀ ਸਭ ਤੋਂ ਪਹਿਲਾਂ
आ बोलिया करूंगी। सुन, वेलकम टू मैरिज द गैरेज। नए रिश्ते के लिए एक दबाए, शादी के लिए दो दबाए। अगर आप दोबारा शादी करना चाहते हैं तो अपनी पहली बीवी का गला दबाए। एक प्यो वाला सिस्टम फिट करा के आया यार। ये मेरा की कसूर है? मैं तो ये कह के आया सी के मंगनी के लिए एक दबाए, शादी के लिए दो दबाए, और दोबारा शादी करने के लिए पहली बीबी का जहर को है? ओ नहीं यार, आग लगाए। ओ नहीं यार, पहली बीबी का डेथ सर्टिफिकेट दिखाए। मैंने की पता नहीं, अपनी मर्जी नाल भरता। तेरे सिस्टम नाल सारे कस्टमर भज जाने। ओ यार, कस्टमर नहीं हुंदा, कस्टमर हुंदा। फौरी फौरी ले दो गाक तां आ भी गए। सत श्री अकाल बाजी। सत श्री अकाल। किद्दां दीआं कुड़ियां चाहीदीआं? एक्चुअली सानू कुड़ियां नहीं जी, बल्कि दो सोहणे सोहणे मुंडे चाहीदे आ। इह तां दोस्ताना फिल्म वाला कम फुरू हो गया। हुण की करिए? करना की है? लगता बाहरले मुल्कां दी बीमारी इंडिया विच भी लीगल होगी। हुण जाके किते बेचारे मुकेश दी कदर पई आ। आदमी हूं, आदमी से प्यार करता हूं। उस्ताद जी, अज दा रूल है मुंडा मुंडे नाल ब्याह करा सकदा। समझ गया, समझ गया। अच्छा ए दफो, ए कम तुफी फोक नाल कर रहे हो के मजबूरी च? हां ओ ना जी, ना इदा दा कम शौकली कौन करदा है। एक्चुअली साडी एक मजबूरी है जी। मैं तो सुनया ये काम लोकी शौक दे पट्टे करदे आ। खैर असी की लेना, अस सानू तो सिर्फ तुसी इन्ना के दस दो आ भाई, एही जी केड़ी मजबूरी सी जिदे करके थोनू एक कुत्ता कम करना पै रिया? देखो जी, कम भावे कुत्ता ते भावे लुच्चा, असलियत एही है जे मुंडे ना ना लब्बे ते व्याह नहीं जे होना। चलो रिश्ते तां अभी लब दांगे, पर कोड़ी ते कौन बैठूगा? ले यार, जेने मुंडे तुसी लंबोंगे ओही घोड़ी ते चढ़नगे। यस। ते तुसी डोली च बैठोगे? असी डोली च क्यों बैठांगे, डोली च कुड़ियां बैठनगियां। ते तू फिर किथे बैठोगे? असी बैठा किथे आ? असी भंगड़े पावांगे। देखो सानू कंफ्यूज ना करो, साडे बोणी दा टाइम कदे कही जांदे हो घोड़ी ते मुंडे चढ़नगे, असी भंगड़े पावांगे, ते जिहड़ियां कुड़ियां डोली च बैठनगियां ओह सी पल्लियों पाउणगियां। ओ कुड़ियां हुण कित्थों आईयां? ओ यारो, मेरियां सालियां आईयां जिन्हां ने तुसी दो मुंडे लभणे आ। दर फिटे मूं खोतिया पहाड़ ते निकलिया चा 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 हाथी। ओ नहीं यार, चा चा फेर। ओ नहीं यार, बांदरी। तू चाहे चिड़िया कर दे, सारे जानवर कड़ा दे, पर तेरे मोटे दिमाग च साला चूहा नहीं आउणा। आ गया हुण आया। देखो भाजी, आपस दे विच बाद दे विचों लड़ लईओ, पहलो राज दा केस सुलझाओ। हां भी काका, तू दस खुल के तेरा की केस आ? दस नेड़े आओ। ठीक है राज, तू टेंशन ना ले, बीफी नाल जाके फीस जमा करा। अफी आप ही समझा लांगे तेरे फौरे नु। फौरे नु नहीं हुंदा, सौरे नु हुंदा। फौरी यार, तू ये सारे सेंटेंस क्यों बोलता जिदे चले सारे सस्से आउंदे आ? अगेन फौरी। हाय रब्बा। पाने ए बलदेव अपने आप नू कहौंदा ता पोटैटो मर्चेंट है, पर जदों मैं ओहदे नाल आलूआं दी रेहड़ी वाली गल कीती, फिर साले दे बड़ियां मिर्चां लड़ियां। मेरे साले ने इन्नी बेइज्जती कीती साडी, इन्नी बेइज्जती कीती, इन्नी तां साडी कदे स्कूल च ग्यानी मास्टर ने नहीं कीती होनी। ग्यानी मास्टर ने तां नहीं फी कीती क्योंकि ओहनू पता सी के परवाकर वाली भैण जी नाल ओहदा ईलू ईलू वाला राज सानू पता है। यार होवे ना होवे, ए बलदेव दा भी कोई ना कोई राज जरूर आ। मैनू तां दाल च कुछ काला काला नजर। दाल च काला नहीं, पोटैटोआं च काला कह। लै राज भी आ गया। ओ तुहाडियां शक्लां देख के लगदा तुसीं कोई नवां चेता नहीं चढ़ा के आ गए। ओ भरावा, मेरा घर वसण तों पहलां ही तां नहीं उजाड़ा है? नहीं, अफी तां फगो तेरे पिछे बेइज्जती करवा के आ रहे हैं तेरे फोरा फाब तों। ਭਾਵੇਂ ਯਾਰ ਮੇਰਾ ਸਹੁਰਾ ਥੋੜਾ ਜਿਹਾ ਹਿੱਲਿਆ, ਬਟ ਦਿਲ ਦਾ ਵਧੀਆ ਯਾਰ, ਮੈਨੂੰ ਤਾਂ ਬਹੁਤ ਨਾਈਸ ਲੱਗਦਾ ਯਾਰ। ਉਹ ਤੂੰ ਉਹਨੂੰ ਨਾਈਸ ਕਹਿ ਨਾ, ਉਹ ਤਾਂ ਪੂਰਾ ਭੰਡ ਦੇਣੀ ਦਾ। ਉਹ ਹੈਲੋ, ਤਮੀਜ਼ ਨਾਲ ਗੱਲ ਕਰ। ਚਾਬੀ ਬਿਲਕੁਲ ਸਹੀ ਕਹਿ ਰਿਹਾ, ਐਦੀ ਉੱਥੇ ਤੇਰੀ ਫਿਮਰਨ ਦੀ ਭੂਆ ਨਾਲ ਫੈਟਿੰਗ ਹੋ ਗਈ ਹੈ, ਇਸ ਰਿਸ਼ਤੇ ਦੀ ਵਜ੍ਹਾ ਤੋਂ ਇਹ ਤੇਰੇ ਫੋਰਾ ਫਾਬ ਨੂੰ ਭੰਡ ਦੇਣੀ ਦਾ ਕਹਿ ਰਿਹਾ। ਉਹ ਲੈ, ਹੁਣ ਤਾਂ ਤੂੰ ਮੇਰਾ ਮੂਡ ਵੀ ਫੁੱਬੜ ਹੋ ਗਿਆ। ਉਹ ਸੋਚਦਾ ਕੀ ਆ
ਮਾਰ ਦੇ ਪਿਆਰ ਦੇ ਖੂਦ ਛਾਲੇ। ਓਏ ਕਾਕਾ ਜੀ, ਇਸ ਉਪਰੇ ਪਿਆਰ ਖੱਕਾ ਖੂ ਨਹੀਂ ਹੁੰਦਾ, ਬਲਕਿ ਕੱਚੇ ਬੋਰ ਵੈਲ ਦੇ ਉਸ ਟੋਏ ਵਰਗਾ ਹੁੰਦਾ, ਜਿਹਦੇ ਵਿੱਚ ਆਏ ਦਿਨ ਕਿਸੇ ਨਾ ਕਿਸੇ ਗਰੀਬ ਦਾ ਜਵਾਕ ਗਰਕ ਹੁੰਦਾ ਰਹਿੰਦਾ। ਸੋ ਮੈਂ ਰਾਜ਼ੀ ਆ ਇਹ ਜੇ ਪਿਆਰ ਤੋਂ। ਦੇਖ ਲੈ ਯਾਰ, ਪਲੀਜ਼ ਮੇਰਾ ਵੀਰ ਬਣ ਕੇ ਮੇਰਾ ਫੁੱਫੜ ਬਣ ਜਾ ਪਲੀਜ਼ ਭਾਜੀ। ਯਾਰ ਇਹਨੂੰ ਕਨਫਿਊਜ਼ ਨਾ ਕਰ, ਯਾ ਯਾਰ ਬਣਾ ਲੈ ਯਾ ਵੀਰ ਬਣਾ ਲੈ ਯਾ ਫੁੱਫੜ ਬਣਾ ਲੈ, ਇਹਨਾਂ ਚੋਂ ਇੱਕ ਡਿਫਾਈਡ ਕਰ। ਯਾਰ ਡਿਫਾਈਡ ਕਰਨਾ ਨਹੀਂ ਹੁੰਦਾ, ਡਿਸਾਈਡ ਕਰਨਾ ਹੁੰਦਾ। ਚੱਲ ਠੀਕ ਹੈ ਰਾਜਾ, ਤੂੰ ਵੀ ਕੀ ਯਾਦ ਕਰੇਗਾ, ਤੈਨੂੰ ਘੋੜੀ ਚੜਾਉਣ ਦੀ ਖਾਤਰ ਤੇਰਾ ਫੁੱਫੜ ਉਸ ਬੁੱਢੀ ਘੋੜੀ ਨੂੰ ਇੱਕ ਨਾ ਇੱਕ ਦਿਨ ਔਖਾ ਸੌਖਾ ਲਾਲ ਲਗਾਮ ਜ਼ਰੂਰ ਪਾਊਗਾ। ਚਾਹੇ ਇਦੋਂ ਵੱਧ ਲੋਕੀ ਮੇਰੀਆਂ ਗੱਲਾਂ ਹੀ ਬਣਾਉਂਦੇ ਰਹਿਣ ਵੀ ਇਹ ਤਾਂ ਉਹ ਗੱਲ ਹੋਈ ਕਿ ਮਰਦੀ ਨੇ ਹੱਕ ਚੱਪਿਆ ਅੱਖਾਂ ਦੁਖਣੀਆਂ ਨਹੀਂ ਉਹ ਅੱਖਾਂ ਝਾੜੀਆਂ 'ਚ ਫਫਾਈ ਚਲੇ ਹਾਰ ਕੇ ਜੇਠ ਨਾਲ ਲਾਈਆਂ, ਇਹ ਮੁਹਾਵਰਾ ਹੁੰਦਾ। ਸੌਰੀ ਭੂਆ, ਫੁੱਫੜ ਤੇ ਆਂਟੀ ਕਿਸੇ ਵੇਲੇ ਵੀ ਖੜਕਾ ਸਕਦੇ ਆ ਫੋਨ ਦੀ ਘੰਟੀ। ਸ਼ੀਲਾ ਦਾ ਫੋਨ ਆ। ਹੈਲੋ, ਬੋਲੋ ਡਾਰਲਿੰਗ। ਡਾਰਲਿੰਗ ਵਟਸਐਪ? ਸਾਡੇ ਵੇਲੇ ਤਾਂ ਥੰਬਸ ਅਪ ਚੱਲਦਾ ਹੁੰਦਾ ਸੀ, ਅੱਜ ਕੱਲ ਨਵਾਂ ਹੀ ਤੁਰ ਪਿਆ ਬਾਬਾ ਵਟਸਐਪ। ਚੱਲ ਨਹੀਂ ਪਏ, ਦੌੜ ਪਏ ਆ, ਦੌੜ ਪਏ, ਪਰ ਤੁਸੀਂ ਨਹੀਂ ਸਮਝੋਗੇ। ਮੈਂ ਲੈ ਕੰਮ ਦੀ ਗੱਲ ਸੁਣੋ। ਦੱਸੋ। ਮੈਂ ਆਪਣੇ ਵੀਰ ਜੀ ਨੂੰ ਰਾਜ ਤੇ ਸਿਮਰਨ ਦੇ ਵਿਆਹ ਲਈ ਕਨਵਿੰਸ ਕਰ ਲਿਆ। ਤੁਸੀਂ ਉਹਨਾਂ ਨੂੰ ਮਿਲਣ ਲਈ ਦੁਬਾਰਾ ਆ ਜਾਓ। ਕਾਕਾ ਕੁੱਤੇ ਖਾਣੀ ਕਰਾਉਣ? ਦੋ ਦਿਲਾਂ ਨੂੰ ਮਿਲਾਣ। ਕਾਕਾ ਕੀ ਹੋ ਗਿਆ? ਹਾਏ, ਪੈਰ ਫਿਸਲ ਗਿਆ। ਪੈਰ ਤਾਂ ਸੁਣਿਆ ਕੱਚੀ ਉਮਰ ਫਿਸਲਦਾ ਹੁੰਦਾ, ਪੱਕੀ ਉਮਰ ਦਾ ਬੰਦਾ ਧੜਮ ਕਰਕੇ ਗਿਰਦਾ। ਸ਼ਟ ਅਪ ਯੂ ਓਲਡ ਮੈਂਗੋ, ਹਾਲੇ ਮੇਰੀ ਉਮਰ ਹੀ ਕੀ ਹੈ, ਮਸਾਂ 25 ਕੁ ਸਾਲ। ਇੰਨੀ ਗੱਲ ਕਹਿ ਕੇ ਤਾਂ ਸ਼ੀਲਾ ਤੂੰ ਰੱਬ ਥੱਲੇ ਲਾ ਲਿਆ। ਵੈਸੇ ਵੀ ਪਾਂਜਾ ਹੀ ਆ, ਮੂਹਰੇ ਨਹੀਂ ਤਾਂ ਪਿੱਛੇ ਲਾ ਲਿਆ। ਮੁਰਦਾ ਬੋਲੇ ਕਫਨ ਫਾੜੇ, ਗੱਲਾਂ ਬਹੁਤ ਆਉਂਦੀਆਂ ਤੁਹਾਨੂੰ। ਬਸ ਇਸੇ ਗੱਲ ਦਾ ਤਾਂ ਦੁੱਖ ਆ ਕਿ ਗੱਲੀਆਂ ਗੱਲਾਂ ਹੀ ਆਉਂਦੀਆਂ, ਪਰ ਤੂੰ ਕਦੇ ਨਹੀਂ ਆਈ। ਹਾਏ, ਮਰ ਜਾ ਲੌਗ ਆਊਟ ਕਰਕੇ। ਬੜੇ ਜਾਜੜੇ ਆ ਤੇਰੀ ਫਮਾਈਲ ਤੋਂ ਲੱਗਦਾ ਹੈ ਕਿ ਰਾਜ ਦੇ ਕੇਫ ਨੂੰ ਟੌਪ ਗੇਅਰ ਪੈ ਗਿਆ। ਤੂੰ ਪੈ ਗਿਆ ਦੀ ਗੱਲ ਕਰਦਾ? ਓਏ ਸ਼ਾਇਦ ਮੇਰੀ ਸ਼ਾਦੀ ਕਾ ਖਿਆਲ ਦਿਲ ਮੇ ਆਇਆ ਹੈ, ਇਸੀ ਲੀਏ ਮੇਰੇ ਸਾਲੇ ਨੇ ਮੁਝੇ ਚਾਹੇ ਪਾਪਾ ਚਾਹੇ ਪੇ ਬੁਲਾਇਆ ਹੈ। ਬੱਲੇ ਬੁਫੜਾ, ਮੇਰਾ ਤੇ ਸਿਮਰਨ ਦਾ ਵਿਆਹ ਕਰਾਉਂਦੇ ਕਰਾਉਂਦੇ ਭੂਆ ਤੇ ਆਪਣੀ ਗੁੰਡੀ ਵਿੱਚ ਐਵੇਂ ਫਸਾ ਲਈ। ਹੈਂ? ਓਏ ਤੂੰ ਮੈਨੂੰ ਇੰਨਾ ਪੁੱਛਾ ਨਾ ਸਮਝ, ਬਈ ਮੈਂ ਆਪਣਾ ਵਿਆਹ ਕਰਾਉਂਗਾ ਪਹਿਲਾਂ ਪੁੱਤਰਾ ਤੇਰਾ ਤੇ ਸਿਮਰਨ ਦਾ ਵਿਆਹ ਕਰਾਉਂਗਾ, ਫਿਰ ਕਿਤੇ ਜਾ ਕੇ ਮੂੰਹ ਨੂੰ ਛੁਆਰਾ ਲਾਉਂਗਾ, ਫਿਰ ਜੂਠਾ ਛੁਆਰਾ ਮੇਰੇ ਮੂੰਹ ਚ ਪਾਉਂਗਾ। ਐਡਾ ਵੱਡਾ ਹੋ ਗਿਆ ਸਾਲਿਆ, ਜੂਠ ਖਾਣ ਦੀ ਆਦਤ ਨਹੀਂ ਗਈ। ਫਿੱਟੇ ਮੂੰਹ ਤੇਰੇ। ਪਿੰਦਾ ਜੀ, ਜਦੋਂ ਤੁਸੀਂ ਦਰਵਾਜ਼ੇ ਤੇ ਆਏ ਨਾ, ਮੈਨੂੰ ਏਦਾਂ ਲੱਗਾ ਜਿਵੇਂ ਵੋਟਾਂ ਮੰਗਣ ਆਏ ਹੁੰਦੇ ਹੋ। ਮੰਗਣ ਦੀ ਆਦਤ ਤਾਂ ਸਾਨੂੰ ਬਚਪਨ ਤੋਂ ਹੀ ਪੈ ਗਈ ਸੀ, ਨਿਆਣੇ ਹੁੰਦੇ ਮਾਂ ਨੇ ਸਾਨੂੰ ਗਵਾਂਢੀਆਂ ਤੋਂ ਜਾਗ ਮੰਗਣ ਲਈ ਭੇਜ ਦਿੱਤਾ, ਵੱਡੇ ਹੋ ਕੇ ਲੀਡਰ ਬਣੇ ਤੇ ਵੋਟਾਂ ਮੰਗਣ ਲੱਗ ਪਏ, ਵੋਟਾਂ ਖਤਮ ਹੋਈਆਂ ਉੱਤੋਂ ਪਾਰਟੀ ਫੰਡ ਲਈ ਪੈਸੇ ਮੰਗਣ ਲੱਗ ਪਏ। ਆ ਵੇਖੋ ਬਿਮਾਰੀ ਇੱਥੇ ਤੱਕ ਵੱਧ ਗਈ, ਅੱਜ ਤੁਹਾਡੀ ਕੁੜੀ ਦਾ ਹੱਥ ਮੰਗਣ ਆ ਗਿਆ। ਫੱਤ ਕੇ ਜਾਵਾਂ ਤੇਰੇ ਲੌਜਿਕ ਦੇ। ਭਾਜੀ ਹੁਣ ਤੁਸੀਂ ਪੁੱਛੋਗੇ ਤਾਂ ਜ਼ਰੂਰ ਕਿ ਕੁੜੀ ਮੈਨੂੰ ਪਸੰਦ ਹੈ। ਹਜ਼ੂਰ ਪਸੰਦ ਆ? ਅੱਛਾ, ਤੁਸੀਂ ਬੀਬਾ ਜੀ ਕਿਹੜਾ ਕਿਹੜਾ ਕੰਮ ਕਰ ਲੈਂਦੇ ਹੋ ਘਰ ਦਾ? ਭਾਂਡੇ ਬਰਤਨ ਸਫਾਈਆਂ ਮੈਂ ਸਭ ਕਰ ਲੈਣੀ ਆ। ਓ, ਜੇ ਤੁਹਾਨੂੰ ਵੀ ਲੋੜ ਹੋਵੇ ਤਾਂ ਦੱਸਿਓ। ਇਹ ਕਿਹੀ ਜੀ ਗੱਲ ਕਰ ਰਹੇ ਹੋ ਤੁਸੀਂ? ਅਸੀਂ ਆਪਣੀ ਭਾਬੀ ਜੀ ਤੋਂ ਕੰਮ ਥੋੜੀ ਕਰਵਾਵਾਂਗੇ। ਭਾਬੀ? ਪਰ ਮੈਂ ਤਾਂ ਹਲੇ ਕੁਆਰੀ ਆ। ਦੇਖੋ ਜੀ, ਜੇ ਤੁਹਾਡਾ ਮੇਰੇ ਨਾਲ ਵਿਆਹ ਹੋ ਗਿਆ ਨਾ, ਫਿਰ ਤੁਸੀਂ ਇਹਨਾਂ ਦੇ ਤਾਂ ਭਾਬੀ ਜੀ ਹੀ ਲੱਗੇ। ਵਿਆਹ? ਉਹ ਵੀ ਤੁਹਾਡੇ ਨਾਲ? ਉਹ ਜੀ, ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ। ਕਾਕਾ ਜੀ ਬਿਲਕੁਲ ਠੀਕ ਕਹਿ ਰਹੀ ਹੈ, ਤੁਹਾਨੂੰ ਹੋਈ ਗਲਤ ਫਹਿਮੀ, ਇਹ ਸਾਡੀ ਬੇਟੀ ਨੀ ਨੌਕਰਾਨੀ ਹੈ। ਪਿੰਦਾ ਭਾਜੀ, ਜੇ ਗੋਲੀ ਇਹੀ ਜੀ ਹੈ ਤਾਂ ਰਾਣੀ ਕਿਹੀ ਜੀ ਹੋਈ ਕਿ ਕਰਦੇ ਭਾਗ ਕਰਦੇ ਭਾਗ ਨੌਕਰਾਨੀ ਤੋਂ ਪਛਾਣੇ ਜਾਂਦੇ, ਸਾਲਿਆ ਡਿਉੜੀ ਤੋਂ ਪਛਾਣੇ ਜਾਂਦੇ ਆ, ਇਹ ਮੁਹਾਵਰਾ ਹੁੰਦਾ, ਇੰਨਾ ਚੱਜ ਵੀ ਨਹੀਂ ਹੈਗਾ। ਚੰਨ ਵਰਗੇ ਸਾਡੇ ਭਾਬੀ ਜੀ, ਭਾਬੀ ਜੀ
चन्न दा टुकड़ा किथे है? मेरा मतलब तुहाडे बेटी किथे ने? जी पार्लर गई है, तैयार होण, अब बस आंदी होनी है। मच्छियां नूं नहाउण दी की लोड़ है? अब मेरा मतलब सोहणे बंदे नूं पार्लर जाण दी की लोड़ है? हेलो जी, आ गई डॉली। यह मच्छी है ते मच्छी है पर वेल है। पाठे हो जा पाठे। उस्ताद जी, वो कितने अपना वीसी तो नहीं थल्ले आ गया? ये फड़ा इधर आ गया। हाँ दाप। उस्ताद जी, तुसी लोकां दे अन्ने रिश्ते करान दे हो, कदी मेरे ब्याह बारे सोचा ही नहीं। फौरी दिया तेरे ब्याह बारे वोट के अफी अंदर होना। क्यों? सरकार ने बाल विवाह ते रोक लाई हुई है। पान्या, जिन्ना आपा सोच दे साला उन्ना निका नुका नहीं, ये ता मेरे साले दा अंदर अंदर कट्ठा कुट्ठा होया होया। एदा व्याह फुआ कराइए, एदे वर्गे दा ता कदे ड्राइविंग लफाफ नहीं बढ़दा। ग्रस्ती दी गड्डी चलाने लई ड्राइविंग लाइसेंस दी की लोड़ है? साला तेरे वर्गा स्कूटर ते बैठ जावे ता ब्रेका तक ओदे पापा पैर नहीं पहुंचदे, एडी वड्डी जनानी तक किवें पहुंचेगा? तुसी मेरा ब्याह कराने वाले बनो, मैं आपे पौड़ी ला लूंगा। साला जनानी दे जाले नहीं लाउणे, जनानी दा गग गल लाउण नूं हुंदी आ। केड़ा कहंदा जनानी गल लाउण नूं हुंदी आ? जनानी तां हुंदी ओ सप्प पाउण लई आ। बेड़ा बहि जा भूआ दा। की बकवास कर रहे हो राज? तू गल दिल नूं ला बैठा है, तू टेंशन ना ले, अफी सोचदे आ कोई फकीर। ओ फकीर नहीं हुंदा यार, स्कीम हुंदा। वेख लियां थोड़ियां सारियां स्कीमां किसे काम दियां नहीं। तुसी जे कर सकदे हो तो मेरा एक काम कर दो, मेरियां सालियां लई मुंडे लभ दो, मेरा काम आपे हुंदा रहू। राज, वैसे तेरे पुराने मॉडल वाली फड़ी वास्ते एक रिश्ता है फाड़े कोल। केड़ा रिश्ता? जट जखना पट। जट जखना पट? हाँ यार, मैं ता सोचे ही नहीं, ये ता उही गल होई के कुछड़ कुड़ी ते शहर फगवाड़ा। ओ नहीं यार, शहर टंडारी। ओ टंडारी नहीं सारा, टंडोरा हुंदा। चलो जो भी हुंदा, फिर गल तोरी है? ओ गल तोरनी नहीं है, गल नू मिल्खा सिंह बनाओ, मेरा मतलब पचाओ। तुसी इदा करो, बस ओनू कल मेरे घर लेके आ जाओ, बाकी ड्रामा मैं आपे सांभ लूं। पान्या, आ तेरी ओला रखने वाली गंदी आदत दिन ब दिन वधदी जांदी है। तू राज नू ए क्यों नहीं दस्या कि जट जखड़ा पट दिमाग पैदल आ? इहदे च दसण वाली कड़ी गल है? आखे जजमान बाल किड्डे किड्डे कहिंदा फमड़ी।